ਅੱਜ ਟੀਵੀ ਦੇਖਣ ਨਾਲ ਸਵਾਗਤ ਹੈ ਜੀ। ਅੱਜ ਸਾਡੇ ਨਾਲ ਮੌਜੂਦ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸਰਦਾਰ ਨਿਰਮਲ ਸਿੰਘ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਸ ਮੁੱਦਿਆਂ ਨੂੰ ਲੈ ਕੇ ਇਹ ਚੋਣ ਮੈਦਾਨ ਦੇ ਵਿੱਚ ਆਏ ਨੇ, ਕੀ ਇਹਨਾਂ ਦੇ ਮੁੱਦੇ ਨੇ, ਕੀ ਇਹ ਕਹਿਣਾ ਚਾਹੁੰਦੇ ਨੇ, ਇਹਨਾਂ ਨਾਲ ਗੱਲਬਾਤ ਕਰ ਰਿਹਾ ਸਰਦਾਰ ਨਿਰਮਲ ਸਿੰਘ ਸਾਡੇ ਨਾਲ ਨੇ ਉਮੀਦਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜ ਕੀ ਹਾਲ ਹੈ ਜੀ? ਠੀਕ ਹੈ ਜੀ, ਬਹੁਤ ਵਧੀਆ ਜੀ। ਤੁਸੀਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਬਤੌਰ ਕੈਂਡੀਡੇਟ ਉਮੀਦਵਾਰ ਦੇ ਤੌਰ 'ਤੇ ਮੈਦਾਨ ਦੇ ਵਿੱਚ ਆਏ ਹੋ, ਕੀ ਸੋਚ ਲੈ ਕੇ ਆਏ ਹੋ, ਕੀ ਕਹਿਣਾ ਚਾਹੋਗੇ ਦੁਬਾਰਾ? ਸਭ ਤੋਂ ਪਹਿਲਾਂ ਮੈਂ ਪ੍ਰੈਸ ਦਾ ਬਹੁਤ ਬਹੁਤ ਸਵਾਗਤ ਕਰਦਾ ਵੀ ਬੜੀ ਵਧੀਆ ਸਵਾਲ ਵੀ ਇਹਨਾਂ ਨੇ ਵਧੀਆ ਕੀਤਾ ਔਰ ਪ੍ਰੈਸ ਵੀ ਬਹੁਤ ਵਧੀਆ। ਦੇਖੋ, ਚੋਣ ਮੈਦਾਨ ਦੇ ਵਿੱਚ ਹਰ ਬੰਦੇ ਦਾ ਅਧਿਕਾਰ ਹੈ ਆਉਣਾ, ਕਿਉਂਕਿ ਜਿਹੜਾ ਸਾਡੇ ਭਾਰਤ ਦਾ ਨਾਗਰਿਕ ਹੈ, ਇਹ ਕੋਈ ਇੱਕ ਦੋ ਜਾਂ ਬੰਦਿਆਂ ਨੂੰ ਜਾਂ ਪਾਰਟੀਆਂ ਨੂੰ ਨਹੀਂ ਕਿਹਾ ਵੀ ਇਹੀ ਚੋਣਾਂ ਲੜਨ। ਦੂਸਰੇ ਨੰਬਰ ਦੀ ਗੱਲ ਇਹ ਹੈ ਵੀ ਅਸੀਂ ਚੋਣ ਮੈਦਾਨ ਦੇ ਵਿੱਚ ਇਸ ਕਰਕੇ ਸਾਨੂੰ ਉਤਰਨਾ ਪੈ ਰਿਹਾ ਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ ਉਹਦੇ ਰੂਲ ਮੁਤਾਬਕ ਨਹੀਂ ਚੱਲਦੀਆਂ ਜਿਹੜੇ ਸਾਡੇ ਜਿੱਤ ਕੇ ਜਾਂਦੇ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਮੈਂਬਰ। ਅੱਜ ਸਾਨੂੰ ਚੋਣ ਮੈਦਾਨ ਦੇ ਵਿੱਚ ਇਸ ਕਰਕੇ ਉਤਰਨਾ ਪੈ ਰਿਹਾ ਕਿ ਸਾਡੇ ਵਿੱਚ ਅੱਜ ਜਿਹੜੀ ਸਭ ਤੋਂ ਵੱਡੀ ਬੇਰੁਜ਼ਗਾਰੀ ਇਸ਼ੂ ਹੈ, ਮੁੱਦਾ ਹੈ, ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ, ਨੌਕਰੀ ਨਾ ਦੇਣੀ, ਤਾਂ ਇਸ ਕਰਕੇ ਇਹ ਚੋਣ ਮੈਦਾਨ ਦੇ ਸਾਡੇ ਜਿਹੜੇ ਮੁੱਦੇ ਹੈ। ਦੂਸਰੇ ਨੰਬਰ ਦੀ ਗੱਲ ਇਹ ਹੈ ਵੀ ਜਦੋਂ ਅਸੀਂ ਚੋਣ ਮੈਦਾਨ ਦੇ ਵਿੱਚ ਆਉਂਦੇ ਹਾਂ, ਜੋ ਸਾਡਾ ਚੋਣ ਮੈਨੀਫੈਸਟੋ ਹੁੰਦਾ ਹੈ ਉਹ ਤਾਂ ਅਸੀਂ ਪਾਸੇ ਚਲੇ ਜਾਂਦੇ। ਪਹਿਲਾਂ ਤਾਂ ਅਸੀਂ ਲੋਕਾਂ ਪਬਲਿਕ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹਾਂ ਵੀ ਅਸੀਂ ਆਹ ਤੁਹਾਡੇ ਬੇਰੁਜ਼ਗਾਰੀ ਜਾਂ ਜੋ ਵੀ ਤਰ੍ਹਾਂ ਤਰ੍ਹਾਂ ਦੇ ਜੋ ਵੀ ਮੁੱਦੇ ਬਣਾਏ ਹੁੰਦੇ, ਪਾਰਟੀ ਦਾ ਚੋਣ ਮੈਨੀਫੈਸਟੋ ਹੁੰਦਾ ਹੈ, ਪਰ ਉਹਦੇ ਮੁਤਾਬਕ ਚੋਣ ਮੈਨੀਫੈਸਟੋ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਅੱਜ ਸਭ ਤੋਂ ਸਾਡਾ ਜਿਹੜਾ ਵੱਡਾ ਮੁੱਦਾ ਹੈ ਬੇਰੁਜ਼ਗਾਰੀ ਹੈ, ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਔਰ ਇਹਨਾਂ ਨੇ ਰੁਜ਼ਗਾਰ ਤਾਂ ਕੀ ਦੇਣਾ ਸੀ। ਅੱਜ ਸਾਡੇ, ਮੈਂ ਪੰਜਾਬ ਲੈਵਲ 'ਤੇ ਗੱਲ ਕਰੂੰਗਾ ਤੁਹਾਡੇ ਨਾਲ, ਪੰਜਾਬ ਦੇ ਵਿੱਚ ਲੋਕਾਂ ਨੂੰ ਨਸ਼ਿਆਂ ਵੱਲ ਧੱਕਣਾ, ਔਰ ਅਕਾਲੀ ਦਲ ਅੱਜ ਜਿਹੜੀ ਆਪਣੇ ਬੜੇ ਬੜੇ ਦਾਅਵੇ ਕਰਦੀ ਹੈ ਪਾਰਟੀ ਜਾਂ ਕਾਂਗਰਸ ਕਰਦੀ ਹੈ, ਇਹ ਨਸ਼ਿਆਂ ਨੂੰ ਲੈ ਕੇ ਕੌਣ ਆਇਆ? ਅਕਾਲੀ ਦਲ ਲੈ ਕੇ ਆ, ਕਾਂਗਰਸ ਲੈ ਕੇ ਆਈ ਹੈ, ਔਰ ਜਿਹੜੀ ਅੱਜ ਸਾਡੀ ਮੌਕੇ ਦੀ ਸਰਕਾਰ ਹੈ ਇਹਨੂੰ ਕੰਟਰੋਲ ਨਹੀਂ ਕਰ ਸਕੀ, ਉਦੋਂ ਵੱਧ ਗਿਆ ਘਟਿਆ ਨਹੀਂ। ਦਿਨ ਦਿਹਾੜੇ ਮੌਤਾਂ ਇੰਨੀਆਂ ਚਿੱਟੇ ਨਸ਼ੇ ਨਾਲ ਹੋ ਰਹੀਆਂ, ਔਰ ਸਾਡੀਆਂ ਜਿਹੜੀਆਂ ਵੱਡੀਆਂ ਵੱਡੀਆਂ ਪਾਰਟੀਆਂ ਪ੍ਰੋਟੈਸਟ ਕਰਦੀਆਂ ਹੈ, ਪਰ ਉਹਨਾਂ ਨੇ ਅੱਜ ਤੱਕ ਕਿਤੇ ਚੋਣਾਂ ਦੇ ਵਿੱਚ ਚਿੱਟੇ ਨਸ਼ੇ ਨੂੰ ਮੁੱਦਾ ਨਹੀਂ ਬਣਾਇਆ। ਜਿਹੜਾ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਇਹਨਾਂ ਨੇ ਰੁਜ਼ਗਾਰ ਦੇਣ ਦੀ ਬਜਾਏ ਨਸ਼ੇ ਵੱਲ ਧੱਕਤੀ ਸਾਰੀ, ਇਸ ਕਰਕੇ ਧੱਕੀ ਕਿ ਵੀ ਲੋਕਾਂ ਨੂੰ ਨਸ਼ੇੜੀ ਅਤੇ ਅਯਾਸ਼ੀ ਬਣਾਇਆ ਜਾ ਸਕੇ, ਰਾਜਨੀਤੀ ਵਾਲੀ ਚਾਕੜੀ ਨਾ। ਅੱਜ ਸਾਡੀ ਨੌਜਵਾਨ ਪੀੜ੍ਹੀ ਅਯਾਸ਼ੀ ਅਤੇ ਨਸ਼ੇੜੀ ਬਣ ਚੁੱਕੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 10 ਸਾਲਾਂ ਤੋਂ ਕਾਬਜ ਨੇ ਦੇਸ਼ ਦੇ ਵਿੱਚ ਬਤੌਰ ਪ੍ਰਧਾਨ ਮੰਤਰੀ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਤੁਹਾਨੂੰ ਉਹਨਾਂ 'ਚ ਕਮੀਆਂ ਲੱਗੀਆਂ ਜਾਂ ਕੀ ਕੋਈ ਖੂਬੀ ਲੱਗੀ ਹੈ? ਦੇਖੋ ਜੀ, BJP ਜਿਹੜੀ ਪਾਰਟੀ ਹੈ, ਪਹਿਲਾਂ ਸਾਡਾ ਜਿਹੜਾ ਪ੍ਰਧਾਨ ਮੰਤਰੀ ਹੈ ਉਹਦੀ ਪਰਸਨੈਲਿਟੀ ਕਾਊਂਟ ਹੀ ਨਹੀਂ ਕਰਦੀ ਪ੍ਰਧਾਨ ਮੰਤਰੀ ਦੇ ਵਿੱਚ, ਉਹ ਨਿੱਜੀ ਸਵਾਰਥ ਨੂੰ ਲੈ ਕੇ, ਨਿੱਜੀ ਰੰਜਿਸ਼ ਨੂੰ ਲੈ ਕੇ ਉਹ ਚੱਲਿਆ, ਕਿਤੇ ਮੁਸਲਮਾਨਾਂ ਨੂੰ ਮਾੜਾ ਕਹਿਤਾ। ਅਕਸਰ ਮੁਸਲਮਾਨ ਵੀ ਭਾਰਤ ਦੇਸ਼ ਦੇ ਨਾਗਰਿਕ ਹੈ, ਇਹ ਕੋਈ ਬਾਹਰੋਂ ਤਾਂ ਆਏ ਨਹੀਂ, ਇਸ ਕਰਕੇ ਅੱਜ ਉਹ ਸਿੱਖਾਂ ਨੂੰ ਮਤਲਬ ਮਾੜਾ ਬਣਾ ਰਿਹਾ, ਤਾਂ ਇਸ ਕਰਕੇ ਸਾਡੀ ਰਾਜਨੀਤੀ ਸਿੱਖ ਜਿਹੜੀ ਹੈ ਮਤਲਬ ਮੁੱਦਿਆਂ 'ਤੇ, ਅਸੀਂ ਸਿਰਫ ਧਰਮ 'ਤੇ ਮੁੱਦਿਆਂ ਤੋਂ ਉੱਪਰ ਉੱਠ ਕੇ ਅਸੀਂ ਤਾਂ ਇੱਕ ਬੇਰੁਜ਼ਗਾਰੀ ਦੀ ਕੁਮੰਤਰੀ ਪੱਧਰ ਦੀ ਰਾਜਨੀਤੀ ਕਰ ਰਹੇ ਹਾਂ, ਔਰ ਜਿਹੜਾ ਸਾਡਾ ਨਰਿੰਦਰ ਮੋਦੀ ਹੈ
ਇਹ ਇੱਕ ਤੁਸੀਂ ਸਭ ਤੋਂ ਪਹਿਲਾਂ ਦੇਖੋ ਗੋਦਰਾ ਕਾਂਡ ਦੇ ਵਿੱਚ ਕਾਂਡ ਹੋਇਆ, ਉਹਦੇ ਵਿੱਚ 22,000 ਮੁਸਲਮਾਨ ਮਾਰਿਆ ਗਿਆ। ਉਦੋਂ ਵੀ ਸਾਡੇ ਮੰਤਰੀ ਜਿਹੜੇ ਸ੍ਰੀ ਰਾਮ ਵਿਲਾਸ ਪਾਸਵਾਨ ਸੀ, ਜਿਨ੍ਹਾਂ ਦੇ ਅਸੀਂ ਚੇਲੇ ਹਾਂ, ਉਦੋਂ ਉਹਨਾਂ ਨੇ ਕੋਲਾ ਖਾਨ ਮੰਤਰੀ ਤੋਂ ਆਪਣਾ ਅਸਤੀਫਾ ਦਿੱਤਾ ਸੀ ਵੀ ਮੁਸਲਮਾਨਾਂ ਨੂੰ ਕਿਉਂ ਮਾਰਿਆ ਗਿਆ। ਉਸ ਤੋਂ ਪਹਿਲਾਂ 84 ਦੇ ਦੰਗੇ ਹੋਏ, ਸਾਡਾ ਹਰਿਮੰਦਰ ਸਾਹਿਬ ਢਾਇਆ ਗਿਆ, ਉਦੋਂ ਕਾਂਗਰਸ ਦੀ ਸਰਕਾਰ ਸੀ, ਉਹਦੇ ਵੀ ਅਸੀਂ ਇਹ ਮੁੱਦਾ ਬਣਾਇਆ ਸੀ ਵੀ ਸਾਡੇ ਰਾਮ ਵਿਲਾਸ ਪਾਸਵਾਨ ਨੇ ਕਿਹਾ ਸੀ ਸੈਂਟਰ ਦੇ ਵਿੱਚ ਵੀ ਜਿਹੜਾ ਸਿੱਖਾਂ ਦਾ ਗੁਰੂ ਧਾਮ ਨੂੰ ਕਿਉਂ ਢਾਇਆ ਗਿਆ। 84 ਦੇ ਦੰਗੇ ਹੋਏ, ਸਾਡੇ ਸਿੱਖਾਂ 'ਤੇ ਪਰਚੇ ਦਰਜ ਹੋਏ ਅਤੇ ਉਦੋਂ ਕਮਿਸ਼ਨ ਦੇ ਜਿਹੜਾ ਨਾਨਾ ਆਪਣਾ ਸੋਰੀ ਕਮਿਸ਼ਨ ਬਣਾਇਆ ਗਿਆ ਉਹਦੇ ਵਿੱਚ ਰਾਮ ਵਿਲਾਸ ਪਾਸਵਾਨ ਚੇਅਰਮੈਨ ਸੀ, ਪ੍ਰਧਾਨ ਮੰਤਰੀ ਵੀਪੀ ਸਿੰਘ ਸੀ। ਉਦੋਂ ਵੀ ਅਸੀਂ 22,000 ਸਿੱਖਾਂ ਦੇ ਜਿਹੜੇ ਗਲਤ ਪਰਚੇ, ਨਜਾਇਜ਼ ਪਰਚੇ ਦਰਜ ਹੋਏ 84 ਦੇ ਦੰਗਿਆਂ 'ਚ। ਬਸ ਲਈ ਇੱਕੋ ਇੱਕ ਪਰਸਨੈਲਿਟੀ ਸੀ ਰਾਮ ਵਿਲਾਸ ਪਾਸਵਾਨ ਔਰ ਵੀਪੀ ਸਿੰਘ, ਜਿਨ੍ਹਾਂ ਨੇ ਸਿੱਖ ਧਰਮ ਨੂੰ ਔਰ ਮੁਸਲਮਾਨ ਧਰਮ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਡਿਫੈਂਸ ਕੀਤਾ। ਇਸ ਕਰਕੇ ਇਹ ਜਿਹੜੇ ਹਿੰਦੂ ਲੋਕ ਹੈ, ਇਹ ਸਿਰਫ ਕ੍ਰਿਮੀਨਲ ਤਾਂ ਹੋ ਸਕਦੇ ਮੇਰੇ ਹਿਸਾਬ ਨਾਲ, ਅਤੇ ਜਸਟਿਸ ਦੇਣ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਬਿਲਕੁਲ ਨਲਾਇਕ ਹੈ, ਇਹ ਇਨਸਾਫ ਨਹੀਂ ਦੇ ਸਕੇ। ਨਿਰਮਲ ਰਾਜਾਨਾ ਜੀ, ਤੁਸੀਂ ਫਰੀਦਕੋਟ ਤੋਂ ਚੋਣ ਲੜ ਰਹੇ ਹੋ, ਐਸ ਸੀ ਬਾਰੇ ਤੁਸੀਂ ਕੀ ਕਹੋਗੇ ਐਕਟ ਬਾਰੇ? ਦੇਖੋ ਜਿਹੜਾ ਐਸ ਸੀ ਖਤਮ ਕਰਨ ਬਾਰੇ ਕਹਿ ਰਹੇ ਨੇ, ਇਹਦੇ ਬਾਰੇ ਕਾਫੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਕੀ ਤੁਸੀਂ ਇਹਦੇ ਬਾਰੇ ਸਾਂਝੀ ਕਰਨਾ? ਦੇਖੋ ਜਿਹੜਾ ਐਸ ਸੀ ਐਕਟ ਹੈ, ਇਹਨੂੰ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਦਿੱਤਾ ਗਿਆ। ਸਿਰਫ ਸਰਕਾਰਾਂ ਦੀ ਸਭ ਤੋਂ ਵੱਡੀ ਬੇਈਮਾਨੀ, ਇਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ, ਮੌਲਿਕ ਅਧਿਕਾਰ ਦਿੱਤਾ ਗਿਆ। ਜਿਵੇਂ ਕਿਰਤ ਹੈ, ਕਿਰਤ ਨੂੰ ਮੌਲਿਕ ਅਧਿਕਾਰ ਦਿੱਤਾ ਗਿਆ। ਇਹ ਬਾਬਾ ਸਾਹਿਬ ਦਾ ਬਹੁਤ ਵੱਡਾ ਸਾਡੇ ਸਿਰ ਇੱਕ ਬਹੁਤ ਵੱਡੀ ਕੁਰਬਾਨੀ ਦੇ ਕੇ ਸਾਨੂੰ ਇੱਕ ਸਾਨ ਵੀ, ਅਸੀਂ ਉਹਦਾ ਸਾਨ ਨਹੀਂ ਲਾ ਸਕੇ ਜਿਹਨੇ ਸਾਨੂੰ ਮੌਲਿਕ ਅਧਿਕਾਰ ਸੰਵਿਧਾਨ ਦੇ ਵਿੱਚ ਦਿੱਤਾ, ਔਰ ਕਿਸਾਨੀ ਨੂੰ ਵੀ ਦਿੱਤਾ, ਮਜ਼ਦੂਰੀ ਨੂੰ ਵੀ ਦਿੱਤਾ। ਅੱਜ ਵੀ ਅਸੀਂ ਜਿਹੜੀ ਸਾਡੀ ਨਰੇਗਾ, ਜਿਹਨੂੰ ਅਸੀਂ ਕੇਂਦਰ ਦੀ ਸਕੀਮ ਹੈ ਇੱਕ ਮਜ਼ਦੂਰਾਂ ਦੀ, ਜਿਹਨੂੰ ਸਾਡੇ ਨਾਲ ਗੌਰਮੈਂਟ ਨੇ ਐਗਰੀਮੈਂਟ ਕੀਤਾ ਵੀ ਅਸੀਂ ਇਹਨਾਂ ਨੂੰ ਰੁਜ਼ਗਾਰ ਦਿੰਦਾ, ਪਰ ਉਹਦੇ ਵਿੱਚ ਅੱਜ ਤੱਕ ਮਜ਼ਦੂਰ ਦੀ ਮਜ਼ਦੂਰੀ ਨਹੀਂ ਵਧਾਈ ਗਈ। ਅਸੀਂ ਪਿਛਲੀ ਵਾਰ ਰਾਸ਼ਟਰਪਤੀ ਜੀ ਨੂੰ ਮਿਲੇ, ਗਵਰਨਰ ਨੂੰ ਮਿਲੇ, ਈਵਨ DC ਤੱਕ ਮੈਮੋਰੈਂਡਮ ਵੀ ਦਿੱਤੇ ਵੀ ਸਾਡਾ ਜਿਹੜਾ ਮਜ਼ਦੂਰ ਆ ਬਹੁਤ ਜ਼ਿਆਦਾ ਗਰੀਬ ਹੈ, ਉਹਦਾ ਬਹੁਤ ਜ਼ਿਆਦਾ ਮਤਲਬ ਜਿਹੜਾ ਗੁਜ਼ਾਰਾ ਨਹੀਂ ਹੋ ਰਿਹਾ ਥੋੜ੍ਹੀ ਦਿਹਾੜੀ ਨਾਲ, ਵੀ ਜਿਹੜਾ ਸਾਡਾ 1,000 ਰੁਪਇਆ ਮਜ਼ਦੂਰ ਦੀ ਦਿਹਾੜੀ ਕੀਤੀ, ਉਹ ਵੀ ਅਸੀਂ ਤਾਂ ਸਰਕਾਰ ਤੋਂ ਮੰਗਦੇ ਹਾਂ, ਕੇਂਦਰ ਸਰਕਾਰ ਤੋਂ, ਕਿਉਂਕਿ ਕੇਂਦਰ ਸਰਕਾਰ ਦੀ ਸਕੀਮ ਹੈ ਇਹ ਵੀ 1,000 ਰੁਪਇਆ ਸਾਡੇ ਮਜ਼ਦੂਰ ਦੀ ਦਿਹਾੜੀ ਕੀਤੀ ਜਾਵੇ ਨਰੇਗਾ ਵਿੱਚ, ਔਰ 500 ਰੁਪਇਆ ਸਾਡਾ ਜਿਹੜਾ ਮਜ਼ਦੂਰ ਹੈ ਮਹੀਨੇ ਬਾਅਦ ਉਹਨੂੰ ਟੈਕਸ ਦੇਣ ਨੂੰ ਤਿਆਰ ਆ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਅਸੀਂ 13-0 ਨਾਲ ਲੀਡ ਹਾਸਲ ਕਰਾਂਗੇ, ਜਿੱਤ ਪ੍ਰਾਪਤ ਕਰਾਂਗੇ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਜਿਹੜਾ CM ਹੈ, ਪਹਿਲੀ ਤਾਂ ਗੱਲ ਉਹਨੂੰ ਪ੍ਰੈਸ ਕਾਨਫਰੰਸ ਹੀ ਨਹੀਂ ਕਰਨੀ ਆਉਂਦੀ, ਤੁਸੀਂ ਸਵਾਲ ਕੋਈ ਕਰਦੇ ਜਵਾਬ ਉਹਦਾ ਕੋਈ ਦਿੰਦਾ ਹੈ। ਜਿਹੜੀਆਂ 13 ਸੀਟਾਂ ਇਹਨੇ ਕਿਤੇ ਪਬਲਿਕ ਨਾਲ ਜਾ ਕੇ ਪ੍ਰੈਕਟੀਕਲੀ ਰਾਏ ਕੀਤੀ ਹੈ ਵੀ ਤੈਨੂੰ 13 ਸੀਟਾਂ ਦੇਣ ਨੂੰ ਤਿਆਰ? ਮੇਰੇ ਸਵਾਲ ਜਿਸ ਹਿਸਾਬ ਨਾਲ ਸਾਡਾ ਚੋਣ ਸਰਵੇਖਣ ਤੁਸੀਂ ਵੀ ਕਰ ਰਹੇ ਹਾਂ, ਅਸੀਂ ਵੀ ਕਰ ਰਹੇ ਹਾਂ, ਪ੍ਰੈਕਟੀਕਲੀ ਲੋਕਾਂ ਪਬਲਿਕ ਦੇ ਵਿੱਚ ਵਿਊ ਲੈ ਰਹੇ ਹਾਂ, ਤੁਸੀਂ ਵੀ ਲੈ ਰਹੇ ਹਾਂ, ਮੈਂ ਨਾ ਵੀ ਇੱਕ ਸੀਟ ਵੀ ਮੇਰੇ ਹਿਸਾਬ ਨਾਲ ਮੁਸ਼ਕਲ ਹੈ। ਹੁਣ ਸਾਡੇ ਫਰੀਦਕੋਟ ਸੀਟ ਤੋਂ ਕਾਫੀ ਇਤਰਾਜ਼ ਹੋਇਆ, ਅਨਮੋਲ ਹੈ ਇੱਕ ਇੱਥੇ ਲੋਕ ਸਭਾ ਦਾ ਇਹਨਾਂ ਨੇ ਕੈਂਡੀਡੇਟ ਖੜਾਇਆ, ਪਹਿਲਾਂ ਤਾਂ ਹੈ ਹੀ ਸੰਗਰੂਰ ਦਾ ਬਾਹਰਲਾ ਬੰਦਾ, ਦੂਸਰੇ ਨੰਬਰ ਦੀ ਗੱਲ ਚਲੋ ਅਧਿਕਾਰ ਹੈ ਕੋਈ ਵੀ ਕਿਤੇ ਜਾ ਕੇ ਇਲੈਕਸ਼ਨ ਲੜ ਸਕਦਾ, ਇਹਦਾ ਮਤਲਬ ਇੱਕ ਜਲੰਧਰ ਤੋਂ ਖੜਾਤਾ, ਇੱਕ ਸੰਗਰੂਰ ਤੋਂ ਖੜਾਤਾ, ਬਾਕੀ ਬਾਹਰਲੇ ਬੰਦੇ, ਇਹਦਾ ਮਤਲਬ 10.5 ਲੱਖ ਵੋਟ ਜਿਹੜੇ ਐਸੀਆਂ ਦੀ ਉਹ ਇੱਥੇ ਨਲਾਇਕ ਹੀ ਅਸੀਂ ਸਾਰੇ, ਵੀ ਇੱਥੇ ਕੋਈ ਬੰਦਾ ਨਹੀਂ ਇਹਨਾਂ ਨੂੰ ਨਜ਼ਰ ਆਇਆ। ਇਹ 10.5 ਲੱਖ ਵੋਟ ਐਸੀ ਲੋਕਾਂ ਦੀ ਹੈ, ਉਹ ਐਤਕੀ ਆਪਣੀ ਜੱਜਮੈਂਟ ਦੇਣਗੇ ਵੀ ਇਹ ਨਲਾਇਕ ਨਹੀਂ, ਇਹ ਲਾਇਕ ਹੈ। ਦੂਜੇ ਨੰਬਰ ਦੀ ਗੱਲ ਆ ਵੀ ਜਿਹੜੀ ਉਹਦੇ 'ਤੇ ਅੱਜ ਇਤਰਾਜ਼ ਹੋਇਆ, ਚੋਣ ਕਮਿਸ਼ਨ ਦੀਆਂ ਜਿਹੜੀਆਂ ਧੱਜੀਆਂ ਕੌਣ ਉਡਾ ਰਿਹਾ ਰੂਲ ਦੀਆਂ, ਇਹ ਸਰਕਾਰਾਂ ਉਡਾ ਰਹੀਆਂ, ਉਹਦੇ ਇਤਰਾਜ਼ ਹੋਇਆ, ਇਤਰਾਜ਼ ਬਿਲਕੁਲ ਵਿਦ ਪ੍ਰੂਫ ਦਿੱਤਾ ਗਿਆ ਇਤਰਾਜ਼ ਸਾਡੇ ਰਿਟਰਨਿੰਗ ਅਫਸਰ ਵਾਰੋ ਸਾਹਿਬ ਨੂੰ,
ਬਈ ਇਹ ਐਸਸੀ ਕੋਟੇ 'ਚ ਨਹੀਂ ਆਉਂਦਾ, ਇਹ ਬੀਸੀ 'ਚ ਆਉਂਦਾ, ਤੇ ਅਜੇ ਤੱਕ ਉਹ ਇਤਰਾਜ਼ ਦੇ ਉਸ ਆਰਓ 'ਤੇ ਪ੍ਰੈਸ਼ਰ ਪਾ ਰਿਹਾ ਵੀ ਉਹਦੇ ਪਰਚੇ ਨਹੀਂ ਰੱਦ ਹੋਣੇ ਚਾਹੀਦੇ, ਰੱਦ ਹੋਣੇ ਚਾਹੀਦੇ। ਔਰ ਅਸੀਂ ਕਹਿੰਦੇ ਵੀ ਉਹਨੂੰ ਆ ਤੁਹਾਡੇ ਸਾਹਮਣੇ ਦੇਖੋ 1 ਤਰੀਕ ਨੂੰ ਜੋ ਇਲੈਕਸ਼ਨ, ਬੜਾ ਵੱਡਾ ਦੋਸ਼ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਨਮੋਲ ਗਗਨ ਐਸਸੀ ਨਹੀਂ ਹੈਗੇ, ਉਹ ਬੀਸੀ ਦੇ ਵਿੱਚ ਆਉਂਦੇ ਨੇ। ਹਾਂ ਬਿਲਕੁਲ ਹੈ ਜੀ, ਮੁਹੰਮਦ ਸਦੀਕ ਵੀ ਬੀਸੀ 'ਚ ਆਉਂਦਾ ਸੀ, ਉਹਨੂੰ ਧੱਕੇ ਨਾਲ ਉਦੋਂ ਇੱਥੇ ਲਾਇਆ ਗਿਆ। ਤੁਹਾਡੇ ਕੋਲ ਇਹਦਾ ਕੋਈ ਪ੍ਰੂਫ ਵਗੈਰਾ ਕੋਈ ਆਈਡੀ? ਬਿਲਕੁਲ ਵੈਧ ਪ੍ਰੂਫ ਸਾਬਤ ਕਰ ਸਕਦੇ ਹੋ? ਸਭ ਵੈਧ ਪ੍ਰੂਫ, ਅਸੀਂ ਉਦੋਂ ਆਰਓ ਸਾਹਿਬ 'ਤੇ ਇਤਰਾਜ਼ ਵੀ ਕੀਤਾ, ਅਸੀਂ ਵੀ ਕੀਤਾ, ਦੂਜੀ ਸਾਰੇ ਐਸਸੀਆਂ ਨੇ ਕੀਤਾ ਵੀ ਅਸੀਂ ਬੀਸੀ ਨੂੰ ਮਾੜਾ ਨਹੀਂ ਸਮਝਦੇ ਗਏ, ਪਰ ਉਹਨੂੰ ਜੋ ਰੂਲ ਮੁਤਾਬਕ ਜੋ ਸੰਵਿਧਾਨ ਦੇ ਵਿੱਚ ਅਧਿਕਾਰ ਦਿੱਤਾ ਗਿਆ ਉਹਦੇ ਮੁਤਾਬਕ ਦਿੱਤਾ ਜਾਵੇ। ਅਤੇ ਅੱਜ CMO ਧੱਜੀਆਂ ਉਡਾ ਰਿਹਾ ਜਿਹੜਾ ਆਪਣੇ ਆਪ ਨੂੰ ਰੂਲ ਮੁਤਾਬਕ ਕਹਿੰਦਾ ਮੈਂ CM ਹੈ, ਮੈਂ ਤਾਂ ਨਾ ਉਹ MLA ਬਣਨ ਦੇ ਵੀ ਹੱਕਦਾਰ ਸੀ ਨਹੀਂ, ਇਹਨਾਂ ਚੱਕ ਕੇ ਲੋਕਾਂ ਨੇ CM ਬਣਾਤਾ, ਅੱਜ ਲੋਕਾਂ ਨੂੰ ਵੀ ਉਹ ਸਜ਼ਾ ਦੇ ਰਿਹਾ ਜਿਹਨਾਂ ਨੇ ਉਹਨੂੰ CM ਬਣਾਇਆ। ਭਾਜਪਾ ਦੇ ਜਿਹੜੇ ਉਮੀਦਵਾਰ ਨੇ ਹੰਸ ਰਾਜ ਹੰਸ, ਅਤੇ ਕਿਤੇ ਨਾ ਕਿਤੇ ਅਨਮੋਲ ਗੱਲ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਵੀ 2 ਤਰੀਕ ਤੋਂ ਬਾਅਦ ਇਹਨਾਂ ਨੂੰ ਦੇਖਾਂਗੇ, ਕੀ ਦੇਖਣਗੇ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖਣਾ ਕੀ ਹੈ, ਜਦੋਂ ਉਹਨਾਂ ਨੇ ਰਹਿਣਾ ਹੀ ਨਹੀਂ, ਉਹਨਾਂ ਨੇ ਕੀ ਦੇਖਣਾ? ਜਦੋਂ ਰਹਿਣਗੇ ਹੀ ਨਾ ਤਾਂ ਉਹਨਾਂ ਦੇਖਣਾ ਕੀ ਹੈ? ਹੰਸ ਰਾਜ ਹੋਣੀ, ਹੰਸ ਰਾਜ ਤਾਂ ਗਾਉਣ ਵਜਾਉਣ ਵਾਲੇ ਹੈਗੇ, ਉਹ ਰਾਜਨੀਤੀ ਬਾਰੇ ਕੀ ਸਮਝਦੇ? ਉਹ ਐਵੇਂ ਖੂੰਡੀ ਜੀ ਲੈ ਕੇ ਲਾਡਾ ਵਾਲੀ ਪੱਗ ਬਣ ਕੇ ਸਾਧ ਬਣਿਆ, ਉਹਨੂੰ ਕਹਾਂ ਜਾ ਕੇ ਆਪਣੇ ਡੇਰੇ ਕੰਮ ਕਰ, ਰਾਜਨੀਤੀ ਤੇਰੇ ਬਸ ਨਹੀਂ ਕੰਮ ਕਰਦਾ, ਰਾਜਨੀਤੀ ਦੇ ਜਿਹੜੇ ਮੁਤਾਬਕ ਜਿਹੜਾ ਚੱਲਣਾ ਉਹਦੀ ਕੋਈ ਐਡੀ ਕੋਈ ਪਰਸਨੈਲਿਟੀ ਨਹੀਂ ਹੰਸ ਰਾਜ ਦੀ ਜਿਹੜਾ ਰਾਜਨੀਤੀ ਦੇ ਵਿੱਚ ਉਹ ਗੱਲ ਕਰ ਸਕੇ। ਉਹਨੂੰ ਰੂਲ ਤਾਂ ਪੜ੍ਹਨਾ ਹੀ ਨਹੀਂ, ਉਹਦਾ ਰੂਲ ਤਾਂ ਉਹਨੂੰ ਪਤਾ ਹੀ ਨਹੀਂ ਰੂਲ ਕੀ ਹੁੰਦਾ। ਤਾਂ ਇਹ ਥੋੜ੍ਹਾ ਵਿੱਚ ਖੂੰਡੀ ਹੱਥ 'ਚ ਫੜ ਲਈ, ਅਤੇ ਅਸੀਂ ਜੇ ਕੋਈ ਇਹੋ ਜਿਹੇ ਸਾਡੇ ਕੋਲ ਅੰਗੇਜ਼ ਪ੍ਰੋਟੈਸਟ ਕਰਦਾ ਉਹਦਾ ਹਾਜ਼ਮਾ ਹੀ ਹੈ ਨਹੀਂ, ਉਹ ਐਵੇਂ ਅਪ ਸ਼ਬਦ ਬੋਲੀ ਜਾਂਦਾ ਕਿਸਾਨ ਯੂਨੀਅਨ ਦੇ, ਉਹਨਾਂ ਦੇ ਖਿਲਾਫ਼ ਇਹ ਬਿਲਕੁਲ ਇਹ ਸਹੀ ਨਹੀਂ। ਇਹਦੇ ਆਉਣ ਵਾਲੇ ਸੰਕੇਤ ਉਹਦੇ ਅੰਗੇਜ਼ 'ਚ ਜਾਣਗੇ, ਔਰ ਇਹ 1 ਤਰੀਕ ਨੂੰ ਉਹਦੀ ਜੱਜਮੈਂਟ ਜਿਹੜੀ ਆਊਗੀ ਉਹ ਤੁਹਾਡੇ ਸਾਹਮਣੇ ਆਉਣੀ ਹੈ ਵੀ ਹੰਸ ਰਾਜ ਜੀ ਕਿੱਥੇ ਖੜੇ। ਨਿਰਮਲ ਸਿੰਘ ਜੀ, ਤੁਸੀਂ ਬਤੌਰ ਕੈਂਡੀਡੇਟ ਉਮੀਦਵਾਰ ਚੋਣ ਲੜ ਰਹੇ ਹੋ, ਕੀ ਆਜ਼ਾਦ ਉਮੀਦਵਾਰ ਲੜ ਰਹੇ ਹੋ, ਤੁਹਾਨੂੰ ਕੀ ਲੱਗਦਾ ਤੁਸੀਂ ਕਿੰਨੀ ਕੁ ਲੀਡ ਦੇ ਸਕਦੇ ਹੋ ਇਹਨਾਂ ਲੋਕਾਂ ਨੂੰ, ਉਮੀਦਵਾਰਾਂ ਨੂੰ? ਦੇਖੋ ਜੀ, ਜਿਹੜੇ ਰੂਲ ਸਾਡੇ ਅਸੀਂ ਚੋਣ ਮੈਨੀਫੈਸਟੋ ਬਣਾਇਆ ਹੁੰਦਾ ਇਹ ਸਾਡੇ ਹਥਿਆਰ ਹੈ। ਜਿਹੜੀ ਪਾਰਟੀ ਕੋਲ, ਰੂਲਿੰਗ ਪਾਰਟੀ ਕੋਲ, ਉਹਦੇ ਕੋਲ ਚੋਣ ਪ੍ਰਚਾਰ ਮੁੱਦਾ ਹੀ ਹੈ ਨਹੀਂ ਕੋਈ ਲੋਕਾਂ ਨੂੰ, ਅਤੇ ਉਹ ਜਾ ਕੇ ਕੀ ਕਰੂ? ਸਾਡੇ ਹਥਿਆਰ ਉਹਨਾਂ ਤੋਂ ਤਾਕਤਵਰ ਹੈ, ਸਾਡੇ ਜਿਹੜੇ ਚੋਣ ਮੈਨੀਫੈਸਟੋ ਆ, ਜਿਵੇਂ ਅਸੀਂ ਕਿਹਾ ਵੀ ਜਿਹੜਾ ਮਜ਼ਦੂਰ ਹੈ, ਕਿਉਂਕਿ ਅਸੀਂ ਮਜ਼ਦੂਰ ਸ਼ਕਤੀ ਪਾਰਟੀ ਦਾ ਮੈਂ ਕੌਮੀ ਪ੍ਰਧਾਨ ਹੈ, ਮੈਂ ਸਭ ਤੋਂ ਪਹਿਲਾਂ ਗ੍ਰਾਸ ਰੂਟ 'ਤੇ ਬੈਠੇ ਮਜ਼ਦੂਰ ਦੀ ਗੱਲ ਕਰੂੰਗਾ ਵੀ ਮਜ਼ਦੂਰ ਨੂੰ ਕਿਸੇ ਵੀ ਪਾਰਟੀ ਨੇ ਅੱਜ ਤੱਕ ਉਹਨੂੰ ਬਣਦਾ ਅਧਿਕਾਰ ਜਾਂ ਉਹਦਾ ਰੇਟ ਨਹੀਂ ਵਧਾਇਆ। ਇਸ ਕਰਕੇ ਅਸੀਂ 1000 ਰੁਪਇਆ ਮੰਗੇ ਆ, ਉਹ ਵੀ ਸਰਕਾਰ ਤੋਂ ਮੰਗਿਆ, ਸਾਡੇ ਕਿਸਾਨ ਹੈ ਉਹ ਵੀ ਸਰਕਾਰ ਤੋਂ ਮੰਗਦੇ ਆ। ਜਿਹੜੀ ਹੁਣ MSP ਦੀ ਤੁਸੀਂ ਗੱਲ ਕਰਦੇ ਆ, ਜਿਹੜੀ ਸਾਡੀ ਸਬਸਿਡੀ ਹੈ ਉਹ ਕਿਹਨੇ ਸਪੋਂਸਰ ਕੀਤੀ ਹੈ? ਉਹਦਾ ਵਰਲਡ ਪਾਲਿਸੀ ਤਾਂ ਸਾਨੂੰ ਵਰਲਡ ਬੈਂਕ ਪੈਸਾ ਦਿੰਦੀ ਹੈ, ਸਾਨੇ ਸਾਨੀ ਖਾਈ ਜਾਂਦੇ ਆ। ਇਹੀ ਜਿਹੜੀ ਪਹਿਲਾਂ ਦਿੱਲੀ ਵੀ ਮੋਰਚਾ ਲਾ ਕੇ ਆਏ ਨੇ, ਹੁਣ ਦੂਸਰੀ ਵਾਰ ਫਿਰ ਜਾਣ ਲੱਗੇ, ਤਾਂ ਉਹਨਾਂ ਹਰਿਆਣਾ ਦੇ ਬਾਰਡਰ 'ਤੇ, ਹਰਿਆਣਾ 'ਚ ਐਂਟਰ ਨਹੀਂ ਕਰਨਾ ਤਾਂ ਪੰਜਾਬ ਦੇ ਬਾਰਡਰਾਂ 'ਤੇ ਰੋਕ ਦਿੱਤਾ ਗਿਆ। ਦੂਜੇ ਪਾਸੇ ਜਿਹੜੇ BJP ਵਾਲੇ ਨੇ, ਦੂਜੇ ਸੀਨੀਅਰ ਆਗੂ ਨੇ, ਉਹ ਕਹਿ ਰਹੇ ਨੇ ਵੀ ਇਹ ਕਿਸਾਨ ਹੀ ਨਹੀਂ ਹੈਗੇ, ਨਕਲੀ ਕਿਸਾਨ ਨੇ। ਫਿਰ ਅਸਲੀ ਕਿਸਾਨ ਕੌਣ ਹੁੰਦੇ ਨੇ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਦੇਖੋ ਜੀ, ਗੱਲ ਤਾਂ ਅਸਲੀ ਨਕਲੀ ਦਾ ਤਾਂ ਮੈਂ ਫਿਰ ਤੁਹਾਨੂੰ ਦੱਸਿਆ, 1 ਤਰੀਕ ਨੂੰ ਪਤਾ ਲੱਗੂਗਾ। ਪਰ ਜਿਹੜੇ, ਦੇਖੋ ਗੱਲ ਸੁਣੋ, ਇੱਕ ਤਾਂ ਉਹਨਾਂ ਦੇ ਅਧਿਕਾਰ ਨਹੀਂ ਦੇਣੇ, ਇੱਕ ਉਹਨਾਂ ਨੂੰ ਆਪਣਾ ਰੋਸ ਵੀ ਨਹੀਂ ਕਰਨ ਦੇਣਾ। ਇਹ ਤਾਂ BJP ਦੂਹਰੇ ਦੰਡ ਦੀ ਇਹਦੇ ਵਿੱਚ ਉਹ ਹੈਗੀ ਆ, ਉਹਨੂੰ ਪੂਰਾ ਦੰਡ ਦੇਣਾ ਚਾਹੀਦਾ। ਇਸ ਕਰਕੇ ਅੱਜ BJP ਦਾ ਗ੍ਰਾਫ ਬਿਲਕੁਲ ਡਾਊਨ ਆ, ਬਾਹਰਲੀਆਂ ਸਟੇਟਾਂ 'ਚ ਅਸੀਂ ਸਾਰੇ ਜਾ ਕੇ ਆਏ, ਅਤੇ ਉਹਨਾਂ ਦੀ ਸਰਕਾਰ ਬਿਲਕੁਲ ਨਹੀਂ ਬਣਨੀ। ਆਮ ਆਦਮੀ ਪਾਰਟੀ ਕਹਿ ਰਹੀ ਅਸੀਂ ਕਿਸਾਨ ਹਿਤੈਸ਼ੀ ਹਾਂ, ਇਹਦੇ ਬਾਰੇ ਕੀ ਕਹੋ? ਕੋਈ ਹਿਤੈਸ਼ੀ ਨਹੀਂ, ਜੇ ਸਰਕਾਰ ਦੇ ਕਿਸਾਨ ਦੇ ਹਿਤੈਸ਼ੀ ਹੁੰਦੇ BJP, ਅੱਜ ਇਹਨਾਂ ਨੂੰ ਵੋਟ ਮੰਗਣ ਦੀ ਲੋੜ ਨਾ ਪੈਂਦੀ ਵੀ ਜੇ ਤਾਂ ਅਸੀਂ ਤੁਹਾਡੇ ਕੰਮ ਕੀਤੇ, ਵੋਟ ਦਾ ਅਧਿਕਾਰ ਸਾਡਾ, ਨਹੀਂ ਵੋਟ ਜੀ ਨੂੰ ਮਰਜ਼ੀ। ਕੋਈ ਹੈ ਕੋਈ ਕੈਂਡੀਡੇਟ ਇਹਨਾਂ ਦੇ ਵਿੱਚ MP, ਪਾਰਲੀਮੈਂਟ ਜੋ ਮੰਤਰੀ ਬਣੇ ਹੈ, ਕੋਈ ਇਹ ਅਧਿਕਾਰ ਕਹਿ ਸਕਦਾ? ਇਹ ਸਾਡੇ ਇੱਕ ਬੰਦੇ ਕੋਲ ਅਧਿਕਾਰ ਸੀ, ਰਾਮ ਵਿਲਾਸ ਪਾਸਵਾਨ, ਉਹ ਕਹਿੰਦਾ ਜੇ ਤਾਂ ਮੈਂ ਕੰਮ ਤੁਹਾਡਾ ਕੀਤਾ ਵੋਟ ਮੈਨੂੰ ਪਾ ਦਿਓ, ਨਹੀਂ ਜੀ ਨੂੰ ਮਰਜ਼ੀ ਪਾ ਦਿਓ। ਕੋਈ ਹੈ ਇਹਦੇ ਕੋਲ ਕਿਸੇ ਕੋਲ ਦਮ ਖੋਦੋ? ਜਿਹੜਾ ਸਾਡਾ ਪ੍ਰਧਾਨ ਮੰਤਰੀ ਹੈ,
ਜਿਹੜਾ ਆਪਦੇ ਆਪ ਨੂੰ ਵਰਲਡ ਫੇਮਸ ਹੋਇਆ ਫਿਰਦਾ, ਉਹ ਕਹਿ ਸਕਦਾ ਵੀ ਮੈਨੂੰ ਜੇ ਤਾਂ ਮੈਂ ਤੁਹਾਡਾ ਕੰਮ ਕੀਤਾ ਵੋਟ ਮੈਨੂੰ ਪਾ ਦਿਓ, ਨਿੱਜੀ ਨੂੰ ਮਰਜ਼ੀ ਪਾ ਦਿਓ, ਕਹਿ ਕੇ ਦਿਖਾਓ। ਨਿਤਿਨ ਗਡਕਰੀ ਵੀ ਕਹਿ ਰਹੇ ਨੇ ਸਾਨੇ ਕੰਮ ਕੀਤਾ ਤਾਂ ਵੋਟ। ਨੀਤੀ ਜਿਹੜਾ ਗਡਕਰੀ ਹੈ ਉਹ ਬੰਦਾ ਇਮਾਨਦਾਰ, ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਪਾਰਟੀ ਵਿੱਚ ਬੰਦਾ ਇਮਾਨਦਾਰ ਨਹੀਂ ਹੁੰਦਾ, ਹੁੰਦੇ ਹੈ, ਤਾਂ ਗਡਕਰੀ ਦੀ ਪਰਸਨੈਲਿਟੀ ਹੈ ਉਹ ਇਮਾਨਦਾਰ ਹੈ, ਅਤੇ ਪਰ ਉਹ ਦੂਜੇ ਪੱਖ ਮੈਂ ਤਾਂ ਇਹ ਕਹੂੰਗਾ ਵੀ ਗੱਲ ਨੇਤਾ ਦੀ ਨਹੀਂ ਗੱਲ ਨੀਤੀ ਦੀ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਜਿਹੜੇ ਭਾਰਤ ਦੇ ਨੇਤਾ ਹੈ ਕਮੀ ਇਹਨਾਂ ਦੇ ਵਿੱਚ ਨੀਤੀ ਦੀ ਹੈ, ਨੀਅਤ ਇਹਨਾਂ ਦੀ ਸਾਫ਼ ਨਹੀਂ, ਕਿਸੇ ਨੂੰ ਦੇਣਾ ਨਹੀਂ ਚਾਹੁੰਦੇ, ਇਹ ਸਿਰਫ ਖਾਲੀ ਮੁੱਦਿਆਂ ਨਾਲ ਹੀ ਲੋਕਾਂ ਨੂੰ ਰਜਾਉਣਾ ਚਾਹੁੰਦੇ, ਹੁਣ ਉਹ ਸਮਾਂ ਨਹੀਂ ਵੀ ਇਹ ਆਪਾਂ ਝੂਠ ਮਾਰ ਕੇ, ਅੱਜ ਹਰ ਇੱਕ ਬੰਦੇ ਨੂੰ ਇਹ ਪਤਾ ਲੱਗ ਚੁੱਕਿਆ ਵੀ ਅਸੀਂ ਕੀ ਕਰਨਾ, ਔਰ ਆਪਦੇ ਮੁੱਦਿਆਂ ਬਾਰੇ ਪਤਾ, ਔਰ ਸਾਡੀ ਐਜੂਕੇਸ਼ਨ ਤਾਂ ਇੰਨੀ ਡਾਊਨ ਕਰਤੀ ਵੀ ਬੱਚਾ ਜਿਹੜਾ ਗਰੀਬ ਦਾ ਬੱਚਾ ਇਹ ਪੜ੍ਹਾਈ ਕਰ ਹੀ ਨਾ ਸਕੇ, ਅਸੀਂ ਦੂਰੀ ਨੀਤੀ ਦੇ ਖਿਲਾਫ਼ ਹੈ, ਇਹਨੇ ਇੱਕ ਪਾਸੇ ਸਰਕਾਰੀ ਸਕੂਲ ਖੋਲਿਆ, ਦੂਜੇ ਪਾਸੇ ਪ੍ਰਾਈਵੇਟ ਖੋਲਿਆ, ਅਸੀਂ ਆ ਕੇ ਇੱਕ ਰੱਖੋ, ਚਾਹੇ ਤੁਸੀਂ ਪ੍ਰਾਈਵੇਟ ਰੱਖੋ ਚਾਹੇ ਤੁਸੀਂ ਸਰਕਾਰੀ ਰੱਖੋ, ਇਹੀ ਇੱਕ ਪਾਸੇ ਲੋਕਾਂ ਨਸ਼ਾ ਖੁਆਈ ਜਾਂਦੇ, ਦੂਜੇ ਵੱਲ ਨਸ਼ਾ ਛਡਾਉਣ ਵਾਲੇ ਇਹਨਾਂ ਨੇ ਸੈਂਟਰ ਬਣਾਏ ਹੋਏ ਆ, ਇਸ ਕਰਕੇ ਇਹਨਾਂ ਚੀਜ਼ਾਂ ਮੰਤਰੀ ਦਾ ਇਲੈਕਸ਼ਨਾਂ ਤੋਂ ਪਹਿਲਾਂ ਇਹ ਦਾਅਵਾ ਸੀਗਾ ਵੀ ਅਸੀਂ ਜਦੋਂ ਸੱਤਾ ਦੇ ਵਿੱਚ ਆਉਣੇ ਆ ਬੇਰੁਜ਼ਗਾਰੀ ਨਸ਼ਾ MSP ਤੇ ਸਿੱਖਿਆ ਦੇ ਪ੍ਰਤੀ ਵੱਧ ਧਿਆਨ ਦਿੱਤਾ ਜਾਊਗਾ, ਸਿੱਖਿਆ ਸਹੂਲਤਾਂ ਵੱਧ ਧਿਆਨ ਦਿੱਤਾ ਜਾਊਗਾ, ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਮੈਂ ਸਰਕਾਰੀ ਸਕੂਲਾਂ ਬਾਰੇ ਤੁਸੀਂ ਐਜੂਕੇਸ਼ਨ ਬਾਰੇ ਗੱਲ ਕੀਤੀ ਹੈ, ਅੱਜ ਜਿਹੜੀ ਐਜੂਕੇਸ਼ਨ ਹੈ ਸਾਰੀ ਪ੍ਰਾਈਵੇਟ ਹੋ ਚੁੱਕੀ ਹੈ, ਅਸੀਂ ਚਾਹੁੰਦੇ 60-40 ਦੀ ਰੇਸ਼ੋ ਨਾਲ, ਪਰ ਉਹ 60-40 ਨਹੀਂ, ਉਹ ਤਾਂ 20-80 ਦੀ ਰੇਸ਼ੋ ਨਾਲ ਜਿਹੜੀ ਪੰਜਾਬ ਜਿਹੜੇ ਸਾਡੇ ਸਰਕਾਰੀ ਸਕੂਲ ਆ 20% ਰਹਿ ਗਏ ਆ, ਔਰ 80% ਜਿਹੜੇ ਆ ਉਹ ਅੰਗਰੇਜ਼ੀ ਸਕੂਲ ਹੋ ਚੁੱਕੇ ਆ, ਬਿਲਕੁਲ ਗ੍ਰਾਫ ਡਾਊਨ 'ਚ ਜਾ ਰਿਹਾ, ਇਹ ਸਾਡੀ ਜਿਹੜੀ ਐਜੂਕੇਸ਼ਨ ਬਹੁਤ ਮਹਿੰਗੀ ਕੀਤੀ ਜਾ ਰਹੀ ਹੈ ਕਿਉਂਕਿ ਗਰੀਬ ਦੀ ਪਹੁੰਚੋਂ ਬਾਹਰ ਹੁੰਦੀ, ਪਰ ਇਹ ਅਸੀਂ ਨਹੀਂ ਹੁੰਦਾ, ਇਹ ਸਾਰੇ ਝੂਠ ਹੈ ਇਹਨਾਂ ਦੇ, ਇਹ ਜਿਹੜੇ ਸਾਡੇ ਆਪ ਪਾਰਟੀ ਵਾਲੇ ਇਹ ਵੀ ਝੂਠ ਮਾਰ ਕੇ ਹੀ ਇਹਨਾਂ ਨੇ ਸਰਕਾਰ ਬਣਾਈ ਹੈ, ਹੁਣ ਝੂਠ ਇਹਨਾਂ ਦਾ ਸਾਰਾ ਪੜਦਾ ਉਹ ਸਾਹਮਣੇ ਆ ਗਿਆ ਲੋਕਾਂ ਦੇ, ਇਸ ਕਰਕੇ ਮੈਂ ਨਹੀਂ ਆਉਂਦਾ ਵੀ ਇਹਨਾਂ ਦੀ ਸਰਕਾਰ ਬਣ, ਆਉਣ ਵਾਲਾ ਸਮਾਂ ਜਿਹੜਾ ਇਹਨਾਂ ਦੇ ਖਿਲਾਫ਼ ਹੋ ਰਿਹਾ, ਤੁਸੀਂ ਇਵੇਂ ਹਰ ਬੰਦਾ ਕਹਿੰਦਾ ਵੀ ਮੈਂ ਪਰ ਪਤਾ ਤਾਂ ਹੁਣ ਲੱਗੂਗਾ ਨਾ ਭੂਤਾਂ ਦੇ ਵਿੱਚ ਇੰਨਾ ਕਿੰਨਾ ਵਿਰੋਧ ਹੋ ਰਿਹਾ ਆਮ ਪਾਰਟੀ। ਜਿਹੜੇ ਲੋਕ ਸਭਾ ਹਲਕਾ ਫਰੀਦਕੋਟ ਦੇ ਉੱਪਰੋਂ ਬਤੌਰ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਨੇ, ਰਿਜ਼ਲਟ ਕੀ ਨਿਕਲਦੇ ਨੇ, ਸਿੱਟੇ ਕੀ ਨਿਕਲਦੇ ਨੇ, ਇਹ ਤਾਂ 1 ਤਰੀਕ ਨੂੰ ਚੋਣਾਂ ਪੈਣੀਆਂ ਅਤੇ 4 ਤੇ ਨਿਊ ਰਿਜ਼ਲਟ ਸਾਹਮਣੇ ਆਊਗਾ ਆਪਣੇ, ਉਹ ਦੱਸਿਆ ਜਾਊਗਾ। ਧੰਨਵਾਦ ਜੀ।